10 ਤਰੀਕ 2023 ਦਿਨ ਜੀ ਸ਼ੁੱਕਰਵਾਰ ਗੋਭੀ ਦਾ ਭਾਅ ਰਿਹਾ ਜੀ 10 ਤੋਂ 15 ਰੁਪਏ ਕਿਲੋ। ਬੰਦ ਗੋਭੀ ਦਾ ਭਾਅ ਰਿਹਾ ਜੀ 3 ਤੋਂ 5 ਰੁਪਏ ਕਿਲੋ। ਕਰੇਲੇ ਦਾ ਭਾਅ ਰਿਹਾ ਜੀ 65 ਤੋਂ 70 ਰੁਪਏ ਕਿਲੋ। ਸ਼ਿਮਲਾ ਮਿਰਚ ਵਿਕੀ ਜੀ ਅੱਜ 40 ਤੋਂ 50 ਰੁਪਏ ਕਿਲੋ। ਛੋਲੀਏ ਦਾ ਭਾਅ ਰਿਹਾ ਜੀ 18 ਤੋਂ 20 ਰੁਪਏ ਕਿਲੋ। ਟਮਾਟਰ ਦਾ ਭਾਅ ਰਿਹਾ ਜੀ 12 ਤੋਂ 15 ਰੁਪਏ ਕਿਲੋ। ਚਿੱਟੇ ਆਲੂ ਦਾ ਭਾਅ ਰਿਹਾ ਜੀ 250 ਨੂੰ ਗੱਟਾ। ਹਰੀ ਮਿਰਚ ਦਾ ਭਾਅ ਰਿਹਾ ਜੀ 40 ਤੋਂ 50 ਰੁਪਏ ਕਿਲੋ। ਪਿਆਜ਼ ਦਾ ਭਾਅ ਰਿਹਾ ਜੀ 12 ਤੋਂ 14 ਰੁਪਏ ਕਿਲੋ। ਮੂਲੀ ਦਾ ਰੇਟ ਰਿਹਾ ਜੀ 10 ਤੋਂ 15 ਰੁਪਏ ਕਿਲੋ। ਗਾਜਰ ਦਾ ਰੇਟ ਰਿਹਾ ਜੀ 15 ਤੋਂ 18 ਰੁਪਏ ਕਿਲੋ। ਟਮਾਟਰ ਦਾ ਰੇਟ ਰਿਹਾ ਜੀ 20 ਤੋਂ 25 ਰੁਪਏ ਕਿਲੋ। ਪੇਠੇ ਦਾ ਰੇਟ ਰਿਹਾ ਜੀ 20 ਤੋਂ 25 ਰੁਪਏ ਕਿਲੋ। ਅਰਬੀ ਦਾ ਭਾਅ ਰਿਹਾ ਜੀ 35 ਤੋਂ 40 ਰੁਪਏ ਕਿਲੋ। ਕਿਲੋ ਨਿੰਬੂ ਦਾ ਭਾਅ ਰਿਹਾ ਜੀ 70 ਤੋਂ 80 ਰੁਪਏ ਕਿਲੋ। ਸਲਗਮ ਦਾ ਭਾਅ ਰਿਹਾ ਜੀ 10 ਤੋਂ 12 ਰੁਪਏ ਕਿਲੋ। ਕੱਦੂ ਦਾ ਭਾਅ ਰਿਹਾ ਜੀ 25 ਤੋਂ 30 ਰੁਪਏ ਕਿਲੋ। ਚੱਪਣ ਟਿੰਡੇ ਦਾ ਭਾਅ ਰਿਹਾ ਜੀ 25 ਤੋਂ 30 ਰੁਪਏ ਕਿਲੋ। ਅਰਬੀ ਦਾ ਭਾਅ ਰਿਹਾ ਜੀ 70 ਤੋਂ 80 ਰੁਪਏ ਕਿਲੋ। ਭਿੰਡੀ ਦਾ ਭਾਅ ਰਿਹਾ ਜੀ 80 ਤੋਂ 90 ਰੁਪਏ ਕਿਲੋ। ਖੀਰੇ ਦਾ ਭਾਅ ਰਿਹਾ ਜੀ 15 ਤੋਂ 20 ਰੁਪਏ ਕਿਲੋ। ਵੈਂਗਣੀ ਚੂਚੂ ਦਾ ਭਾਅ ਰਿਹਾ ਜੀ 15 ਤੋਂ 20 ਰੁਪਏ ਕਿਲੋ। ਲਸਣ ਦਾ ਭਾਅ ਰਿਹਾ ਜੀ 80 ਤੋਂ 100 ਰੁਪਏ ਕਿਲੋ। ਮਸ਼ਰੂਮ ਵਿਕੇ 200 ਰੁਪਏ ਕਿਲੋ। ਥੈਂਕ ਯੂ।